ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖੜ੍ਹੇ ਹਾਂ ਸੱਚੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਇਹ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਆ ਗੁਰਦੁਆਰਾ, ਅਤੇ ਨਾਲੇ ਤੁਹਾਨੂੰ ਇੱਥੇ ਦਾ ਇਤਿਹਾਸ ਦੱਸਾਂਗੇ ਅਤੇ ਅੰਦਰ ਜਾ ਕੇ ਸਾਰਾ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਵਾਵਾਂਗੇ। ਅਤੇ ਇੱਥੇ ਇੱਕ ਛੱਡੀ ਸਾਹਿਬ ਹੈ ਜਿਹਦੇ ਨਾਲ ਬਹੁਤ ਹੀ ਰੋਗ ਦੂਰ ਹੁੰਦੇ ਆ, ਜਿਵੇਂ ਕਿ ਕੈਂਸਰ ਹੋ ਗਿਆ ਅਤੇ ਕੁੱਤੇ ਦੇ ਹਲਕੇ ਕੁੱਤੇ ਦਾ ਵੱਡੇ ਹੋਏ ਦਾ ਇਲਾਜ ਹੁੰਦਾ ਉਰੇ, ਅਤੇ ਬਾਕੀ ਉਸ ਤੋਂ ਬਾਅਦ ਸ਼ੂਗਰ ਦਾ ਇਲਾਜ ਅਤੇ ਹੋਰ ਬੜੇ ਹੀ ਉਰੇ ਬਿਮਾਰੀਆਂ ਦੂਰ ਹੁੰਦੀਆਂ ਇੱਥੇ ਦਰਸ਼ਨ ਕਰਨ ਨਾਲ। ਅਤੇ ਤੁਸੀਂ ਆਪਣੇ ਸੱਚੇ ਮਨ ਨਾਲ ਇੱਥੇ ਆਓ ਅਤੇ ਅਰਦਾਸ ਕਰੋ ਅਤੇ ਕੋਈ ਵੀ ਵੱਡੀ ਤੋਂ ਵੱਡੀ ਬਿਮਾਰੀ ਤੁਹਾਡੀ ਦੂਰ ਹੋ ਸਕਦੀ ਹੈ। ਅਤੇ ਜਿਹੜੀ ਇਹਦੀ ਲੋਕੇਸ਼ਨ ਹੈ ਜੀ, ਇਹਦਾ ਪਿੰਡ ਹੈਗਾ ਜੀ ਸ਼ਮਸ਼ੇਰਪੁਰ ਅਤੇ ਰਾਜਪੁਰੇ ਦੇ ਕੋਲ ਹੈ। ਅਤੇ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਪੂਰਾ ਲਿੰਕ ਪਾ ਦੂੰਗਾ ਇਸ ਲੋਕੇਸ਼ਨ ਦਾ, ਗੁਰਦੁਆਰਾ ਸਾਹਿਬ ਦਾ, ਅਤੇ ਤੁਸੀਂ ਸਾਰੇ ਆ ਕੇ ਇੱਕ ਵਾਰ ਦਰਸ਼ਨ ਕਰਿਓ। ਅਤੇ ਹੁਣ ਚੱਲਦੇ ਹਾਂ ਆਪਾਂ ਅੰਦਰ, ਅੰਦਰ ਜਾ ਕੇ ਬਾਬਾ ਜੀ ਤੋਂ ਸਾਰਾ ਇਤਿਹਾਸ ਪੁੱਛਦੇ ਹਾਂ ਕਿ ਇਸ ਗੁਰਦੁਆਰੇ ਦਾ ਇਤਿਹਾਸ ਹੈ। ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ, ਗੁਰਦੁਆਰਾ ਸਾਹਿਬ ਸੱਚੀ ਮੰਜੀ, ਪਿੰਡ ਸ਼ਮਸ਼ੇਰਪੁਰ, ਜਿਹੜਾ ਪਟਿਆਲੇ ਦੇ ਕੋਲ ਪੈਂਦਾ ਹੈ। ਬਹਾਦਰਗੜ੍ਹ ਹੈ ਜਿਹੜਾ, ਬਹਾਦਰਗੜ੍ਹ ਜਿਹੜਾ ਕਿਲ੍ਹਾ ਹੈ, ਕਿਲ੍ਹੇ ਦੇ ਬਿਲਕੁਲ ਬੈਕ ਸਾਈਡ 'ਤੇ ਪਿੰਡ ਹੈ ਪਿੰਡ ਸ਼ਮਸ਼ੇਰਪੁਰ, ਉੱਥੇ ਸਥਿਤ ਹੈ ਗੁਰਦੁਆਰਾ। ਅਤੇ ਇੱਕ ਵਾਰ ਤੁਸੀਂ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਚੈੱਕ ਕਰੋ, ਬਹੁਤ ਹੀ ਸੋਹਣੀ ਬਣਾਈ ਹੋਈ ਹੈ। ਅਤੇ ਇਸ ਸਥਾਨ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਆਏ ਸੀ, ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਉਰੇ ਵਿਸ਼ਰਾਮ ਕੀਤਾ ਸੀ ਇੱਕ ਦਿਨ। ਅਤੇ ਜਿਹੜੇ ਮੰਜੇ 'ਤੇ ਉਹਨਾਂ ਨੇ ਵਿਸ਼ਰਾਮ ਕਰਿਆ ਸੀ ਉਹ ਮੰਜਾ ਅੱਜ ਵੀ ਇੱਥੇ ਹੈਗਾ ਜੀ, ਜਿਹੜਾ ਸਾਂਭ ਕੇ ਰੱਖਿਆ ਹੋਇਆ ਇੱਥੇ ਸੇਵਾਦਾਰਾਂ ਨੇ। ਅਤੇ ਬਾਕੀ ਇਸ ਗੁਰਦੁਆਰੇ ਦਾ ਇਤਿਹਾਸ ਆ ਇੱਥੇ ਮੈਂ ਲਾਤਾ, ਤੁਸੀਂ ਸਕਰੀਨਸ਼ੋਟ ਲੈ ਕੇ ਜਾਂ ਪੌਜ਼ ਕਰਕੇ ਪੜ੍ਹ ਸਕਦੇ ਹੋ। ਜੇ ਨਹੀਂ ਪੜ੍ਹ ਹੁੰਦਾ ਤਾਂ ਤੁਸੀਂ ਮੈਨੂੰ DM ਕਰ ਦਿਉ, ਮੈਂ ਤੁਹਾਨੂੰ ਪਰਸਨਲੀ ਸੈਂਡ ਕਰ ਦੂੰਗਾ। ਅਤੇ ਬਾਕੀ ਅੰਦਰ ਬਾਬਾ ਜੀ ਤੋਂ ਪੁੱਛਦੇ ਹਾਂ ਸਾਰਾ ਗੁਰਦੁਆਰੇ ਦਾ ਕੀ ਇਤਿਹਾਸ ਹੈ, ਕੀ ਸਾਰਾ ਕੁਛ। ਅਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਦਰਬਾਰ ਸਾਹਿਬ ਦੇ, ਇੱਥੇ ਕਰਦੇ ਹਾਂ ਮਹਾਰਾਜ ਦੇ ਦਰਸ਼ਨ। ਅਤੇ ਚੈੱਕ ਕਰੋ ਦਰਬਾਰ ਸਾਹਿਬ, ਬਹੁਤ ਹੀ ਇਹਨਾਂ ਨੇ ਸੋਹਣਾ ਬਣਾਇਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ, ਅਤੇ ਇਹ ਗੁਰਦੁਆਰੇ ਦੇ ਵਿੱਚ ਇੰਨੀ ਕਿਰਪਾ ਕਿ ਕੋਈ ਵੀ ਰੋਗ ਹੋਵੇ ਬੰਦੇ ਦੇ ਦੁੱਖ ਕੱਟੇ ਜਾਂਦੇ ਆ। ਅਤੇ ਬਾਕੀ ਅੱਗੇ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਹੋ, ਸਾਰਾ ਡਿਟੇਲ ਦੇ ਵਿੱਚ ਰੋਗਾਂ ਬਾਰੇ ਦੱਸੂਗੇ ਜਿਹੜੇ ਇੱਥੋਂ ਠੀਕ ਹੁੰਦੇ ਆ, ਅਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਰਪਾ ਕਰਕੇ, ਅਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ। ਅਤੇ ਹੁਣ ਸੁਣੋ ਤੁਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ, ਅਤੇ ਬਾਬਾ ਜੀ ਪੂਰਾ ਡਿਟੇਲ ਦੇ ਵਿੱਚ ਦੱਸੂਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ, ਅਤੇ ਕਿਹੜੇ ਕਿਹੜੇ ਰੋਗ ਇੱਥੋਂ ਠੀਕ ਹੁੰਦੇ ਉਹ ਵੀ ਦੱਸਣਗੇ। ਅਤੇ ਧਿਆਨ ਨਾਲ ਪੂਰੀ ਵੀਡੀਓ ਐਂਡ ਤੱਕ ਦੇਖਿਓ, ਨਾਲੇ ਤੁਹਾਨੂੰ ਦਰਸ਼ਨ ਕਰਾਵਾਂਗੇ ਛੱਟੀ ਸਾਹਿਬ ਦੇ, ਜਿਹਦੇ ਦਰਸ਼ਨ ਕਰਕੇ ਤੁਹਾਡੇ ਦੁੱਖ ਦੂਰ ਹੁੰਦੇ ਆ। ਗੁਰੂ ਘਰ ਦਾ ਇਤਿਹਾਸ ਜੀ, ਇਹ ਗੁਰੂ ਨਾਨਕ ਦੇਵ ਜੀ ਦਾ ਜੋ ਭਾਈ ਲਾਲੋ ਜੀ ਦੇ ਘਰ ਰਹੇ ਨੇ, ਭਾਈ ਹਰ ਰੋਜ਼ ਇੱਕ ਮੰਜੀ ਤਿਆਰ ਕਰਕੇ ਦਿੰਦੇ ਸੀ ਗੁਰੂ ਨਾਨਕ ਦੇਵ ਜੀ ਨੇ, ਭਾਈ ਲਾਲੋ ਜੀ, ਉਹਨਾਂ ਵਿੱਚੋਂ ਇੱਕ ਮੰਜੀ ਮੌਜੂਦ ਜਿਹੜੀ ਗੁਰੂ ਅਮਰਦਾਸ ਜੀ ਨੇ ਸਾਡੇ ਬਾਬਾ ਸੱਚਨ ਸਾਹਿਬ ਜੀ, ਇਹਨਾਂ ਦੀ ਅਸੀਂ 12ਵੀਂ ਪੀੜ੍ਹੀ 'ਚੋਂ ਆਉਂਦੇ, ਠੀਕ ਹੈ। ਇਹਨਾਂ ਦਾ ਨਾਮ ਸੀ ਭਾਈ ਪੇਰੂ ਜੀ, ਤੁਸੀਂ ਕਈ ਵਾਰ ਕਥਾ ਵੀ ਸੁਣੀ ਹੋਣੀ, ਜਿਹੜਾ ਜੋੜਾ ਲਾਉਂਦੇ ਨੇ ਕਮਲੀ ਦੇ ਕਮਲੀ, ਠੀਕ ਪਾਗਲ ਜੀ, ਉਹ ਇਹ ਨੇ ਭਾਈ ਪੇਰੂ ਜੀ। ਇਹਨੂੰ ਪਹਿਲਾਂ ਪੈਰ ਦਾ ਜੋੜਾ ਜਿਹੜਾ ਸਾਡੇ ਦੂਜੇ ਪਰਿਵਾਰ ਕੋਲ ਉਹ ਬਖਸ਼ਿਸ਼ ਹੋਇਆ ਸੀ, ਉਹਦੇ ਬਾਅਦ ਫਿਰ ਮੰਜਾ ਸਾਹਿਬ ਗੁਰੂ ਅਮਰਦਾਸ ਜੀ ਨੇ ਦਿੱਤਾ ਸੀ, ਅਤੇ ਗੁਰੂ ਅਮਰਦਾਸ ਜੀ ਦਾ ਮੰਜਾ ਸਾਹਿਬ, ਮੰਜਾ ਗੁਰੂ ਨਾਨਕ ਦੇਵ ਜੀ ਦਾ, ਗੁਰੂ ਨਾਨਕ ਭਾਈ ਜਿਹੜਾ ਗੁਰੂ ਅਮਰਦਾਸ ਜੀ, ਇਹਨਾਂ ਨੇ 22 ਸਿੱਖ ਥਾਪੇ ਸੀ ਸਿੱਖੀ ਪ੍ਰਚਾਰ ਵਾਸਤੇ, 22 ਮੰਜੀਆਂ ਦੇ ਸਿੱਖ, ਉਹਨਾਂ ਵਿੱਚ ਇਹ ਮੰਜੀ ਇੱਕ ਜੀ, ਸੱਚੀ ਮੰਜੀ ਇਹਨੂੰ ਕਹਿੰਦੇ ਨੇ, ਗੁਰੂ ਅਮਰਦਾਸ ਜੀ ਨੇ ਕਿਹਾ ਸੀ ਸੱਚੀ ਮੰਜੀ, ਸੱਚੀ ਮੰਜੀ ਦੇ ਨਾਮ ਨਾਲ ਹੀ ਸਾਡੇ ਗੁਰਦੁਆਰ ਦਾ ਨਾਮ ਹੈ, ਠੀਕ। ਫਿਰ ਉਹਨੇ ਕਿਹਾ ਸੀ 5ਵੇਂ ਜਾਮੇ 'ਚ ਫਿਰ ਤੁਹਾਨੂੰ ਕੋਈ ਨਾ ਕੋਈ ਚੀਜ਼ ਹੋਰ ਬਖਸ਼ਿਸ਼ ਕਰਕੇ ਜਾਵਾਂਗੇ, ਮੰਗ ਲੈਣੀ ਸੰਗਣਾ ਨੇ 5ਵੇਂ। ਫਿਰ 5ਵੇਂ ਜਾਂ ਸ੍ਰੀ ਗੁਰੂ ਅਰਜਨ ਦੇਵ ਜੀ ਆਏ ਤਾਂ ਉਹਨਾਂ ਨੇ, ਜਦੋਂ ਇਹਨਾਂ ਨੂੰ ਪਤਾ ਲੱਗਾ ਬਾਬੇ ਸੱਚਨ ਸਾਹਿਬ ਜੀ ਨੂੰ, ਤਾਂ ਇਹ ਗੁਰੂ ਅਰਜਨ ਦੇਵ ਦਰਸ਼ਨਾਂ ਵਾਸਤੇ ਗਿਆ, ਜਦੋਂ ਫਿਰ ਕੜਾਹ ਬਣਾਇਆ ਦੇਖਦਾ ਸਿਰ 'ਤੇ ਰੱਖ ਲਿਆ, ਨਾਲ ਸੰਗਤ ਲੈ ਲਈ ਅਤੇ ਗਏ। ਜਦੋਂ ਜਾਂਦੇ ਨੂੰ ਗੁਰੂ ਅਰਜਨ ਦੇਵ ਥੋੜ੍ਹੇ ਸਮੇਂ ਵਾਸਤੇ ਰਾਮ ਫਰਮਾਉਂਦੇ ਸੀ, ਅਤੇ ਜਦੋਂ ਉਹਨਾਂ ਦੀ ਅੱਖ ਖੁੱਲ੍ਹੀ ਕਹਿੰਦੇ ਕਿੱਡਾ ਮੱਲ ਹੀ ਜਿਹੜਾ ਕੜਾਹ ਚੁੱਕੇ ਖੜਾ, ਤੂੰ ਸਾਡੀ ਆਲੇ ਜਿਹੜੀ ਮੱਲ ਪੈ ਗਈ, ਅਸੀਂ ਮੱਲ ਦੇ ਨਾਮ ਨਾਲ ਜਾਣੇ ਜਾਂਦੇ ਹਾਂ। ਉੱਥੇ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਭੋਗ ਲਾਇਆ, ਬਾਕੀ ਇਹਨਾਂ ਨੇ ਲੰਗਰ ਦੇ ਵਿੱਚ ਪ੍ਰਸ਼ਾਦ ਵਰਤਾਇਆ,
ਲੰਗਰ 'ਚੋਂ ਫਿਰ ਬਚ ਗਿਆ ਜਿਸ ਤਰ੍ਹਾਂ ਪ੍ਰਸ਼ਾਦ ਬਚ ਗਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਮਹਾਰਾਜ ਜੀ ਪ੍ਰਸ਼ਾਦ ਤਾਂ ਬਚ ਗਿਆ ਦੇਖ, ਕਹਿੰਦੇ ਨੂੰ ਰਾਵੀ ਦਰਿਆ 'ਚ ਪਾ ਦੇ, ਜਿੱਥੋਂ ਤੱਕ ਰਾਵੀ ਦਾ ਪਾਣੀ ਹੈਗਾ ਤੇਰੀ ਸੇਵਕੀ ਸਿੱਖੀ ਉੱਥੋਂ ਤੱਕ ਵਧੇ ਫੁੱਲੇ। ਇਹ ਬਖਸ਼ੀਆਂ ਲੈ ਕੇ ਜਦੋਂ ਗੁਰੂ ਅਰਜਨ ਦੇਵ ਜੀ ਫਿਰ ਅੱਗੇ ਚੱਲਣ ਲੱਗੇ ਤਾਂ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੀਜੇ ਜਾਮੇ 'ਚ ਤੁਸੀਂ ਸਾਨੂੰ ਕਿਹਾ ਸੀ ਵੀ ਅਸੀਂ ਕੋਈ ਨਾ ਕੋਈ ਤੁਹਾਨੂੰ ਵਸਤੂ ਦੇ ਕੇ ਜਾਵਾਂਗੇ, ਤੁਸੀਂ ਮੰਗ ਲੈਣੀ ਸੰਘਣਾ ਨਹੀਂ, ਫਿਰ ਛੱਡਾ ਸਾਹਿਬ ਜੀ ਦੇ ਆਪਾਂ ਦਰਸ਼ਨ ਕਰਾਉਂਦੇ ਹਾਂ। ਇਹ ਛੱਡਾ ਸਾਹਿਬ ਜੀ ਦੇ ਅਸੀਂ ਦਰਸ਼ਨ ਕਰਾਉਂਦੇ ਹਾਂ, ਇਹ ਗੁਰੂ ਅਰਜਨ ਦੇਵ ਜੀ ਨੇ ਨਾਲ ਵਾਰ ਦਿੱਤੇ ਸੀ, ਨਾਲ ਛੱਡਾ ਸਾਹਿਬ ਦੇ ਕੇ ਵਾਰ ਦਿੱਤੇ ਵੀ ਹਲਕਾ ਗੁਪਤਾ ਵਾਲੀ ਜੀ ਗਲਤ ਟੌਂਸਰ ਕੂੜੀ ਹੋਵੇ, ਲਾ ਇਲਾਜ ਬਿਮਾਰੀ ਹੋਵੇ, ਜਿਹੜਾ ਸ਼ਰਧਾ ਨਾਲ ਆਏਗਾ ਦਰਸ਼ਨ ਕਰਕੇ ਠੀਕ ਹੋ ਜਾਏਗਾ। ਇਸ ਤਰ੍ਹਾਂ ਹੀ ਸੰਗਤਾਂ ਆਉਂਦੀਆਂ ਨੇ ਦੂਰ ਨੇੜੇ, ਬੜੀ ਕਿਰਪਾ ਵਾਹਿਗੁਰੂ ਦੀ, ਅਤੇ ਦਰਸ਼ਨ ਕਰਕੇ ਕਿਰਪਾ ਕਰਦੇ ਨੇ ਵਾਹਿਗੁਰੂ, ਅਸੀਂ ਤਾਂ ਦਰਸ਼ਕ ਸੇਵਾਦਾਰ ਹਾਂ, ਜਿਵੇਂ ਬਖਸ਼ਿਸ਼ ਹੋਈ ਸਾਡੇ ਪਰਿਵਾਰ ਨੂੰ, ਹੁਣ ਅਸੀਂ 12ਵੀਂ ਪੀੜ੍ਹੀ 'ਚ ਉਹਨਾਂ ਵਿੱਚੋਂ, ਅਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਤੁਹਾਡੇ ਵਰਗੀਆਂ ਸੰਗਤਾਂ ਨੂੰ। ਕਿਹੜੀਆਂ ਕਿਹੜੀਆਂ ਦੱਸੀਆਂ ਬਿਮਾਰੀਆਂ, ਜਿੱਦਾਂ ਇੱਕ ਹਲਕਾ ਕੁੱਤਾ ਵੜ ਜੇ, ਗਲੇ 'ਤੇ ਟੌਂਸਰ ਹੋ ਜਾਣ, ਕੂੜੀ ਹੋਵੇ, ਲਾ ਇਲਾਜ ਬਿਮਾਰੀ ਹੋਵੇ, ਸਿਰਫ ਮੱਛੇ ਮੱਥੇ 'ਤੇ ਛੋਣਾ ਅਤੇ ਉਹਦੇ ਨਾਲ ਹੀ ਉਹਨਾਂ ਨੌ ਬਣਾ ਜਾਣਾ, ਕੈਂਸਰ ਅਤੇ ਸ਼ੂਗਰ ਦਾ ਵੀ, ਕੈਂਸਰ ਦੀ ਤਾਂ ਮੈਂ ਦੱਸਣਾ ਜੀ, ਇਹ ਲਾ ਇਲਾਜ ਬਿਮਾਰੀ। ਅੱਛਾ ਜੀ, ਜਦੋਂ ਲਾ ਇਲਾਜ ਬਿਮਾਰੀ ਚੱਲੀ ਤਾਂ ਸਾਰਾ ਕੁਛ ਆ ਜਾਂਦਾ, ਜਿਹਦਾ ਕੋਈ ਇਲਾਜ ਨਹੀਂ। ਇਹ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਜਿਹਦਾ ਕੋਈ ਇਲਾਜ ਨਹੀਂ ਹੋਵੇਗਾ, ਸਮਾਂ ਹੀ ਇਸ ਤਰ੍ਹਾਂ ਦਾ ਆ ਜਾਣਾ ਅਤੇ ਇਹਦੇ ਦਰਸ਼ਨ ਕਰਕੇ ਤੁਸੀਂ ਠੀਕ ਹੋ ਜਾਣਾ। ਜਿਹੜੀ ਕੈਂਸਰ ਦੀ ਅਤੇ ਸ਼ੂਗਰ ਦੀ ਆਪਾਂ ਕਹਿ ਦਿੰਦੇ ਹਾਂ, ਅਸੀਂ ਐਂ ਉਹਦੀ ਜ਼ਿੰਮੇਵਾਰੀ ਨਹੀਂ ਦੇ ਸਕਦੇ, ਜ਼ਿੰਮੇਵਾਰੀ ਤਾਂ ਗੁਰੂ ਮਹਾਰਾਜ ਦੇ ਸਕਦੇ, ਗੁਰੂ ਮਹਾਰਾਜ ਉਹਨਾਂ ਦੀ ਕਿਰਪਾ ਹੈ, ਹੁੰਦੇ ਨੇ ਠੀਕ, ਠੀਕ ਹੁੰਦੇ ਤੁਸੀਂ ਦੱਸ ਦਿਓ ਤਾਂ ਹੀ ਦੱਸਦੇ ਹਾਂ, ਪਰ ਉਹਨਾਂ ਨੇ ਜਿਹੜੀ ਚੀਜ਼ ਦੱਸੀ ਹੈ ਅਸੀਂ ਉਹਦੇ 'ਤੇ ਕਰਨੇ ਹਾਂ, ਜਿਵੇਂ ਸੰਗਤ ਆਉਂਦੀ ਹੈ ਅਸੀਂ ਇਹ ਸਮਝਾਉਂਦੇ ਹਾਂ ਭਾਈ ਇੱਥੇ ਛੜਾ ਸਾਹਿਬ ਦੇ ਦਰਸ਼ਨ ਕਰੋ, ਬਾਕੀ ਮੰਜਾ ਸਾਹਿਬ ਉਹਦੇ ਦਰਸ਼ਨ ਕਰੋ ਅਤੇ ਮਹਾਰਾਜ ਨੇ ਕਿਰਪਾ ਕਰਨੀ ਕਰੋ, ਜਿੱਦਾਂ ਦੀ ਕੋਈ ਬਿਮਾਰੀ ਵਾਲਾ ਹੁੰਦਾ ਅਤੇ ਕਿਰਪਾ ਵੀ ਬੜੀ ਹੁੰਦੀ ਗੁਰੂ ਮਹਾਰਾਜ ਦੀ, ਹਜੇ ਪਰਿਕਰਮਾ ਕਰਕੇ ਤੁਹਾਨੂੰ ਇੱਕ ਪਾਵੇ ਦੇ ਮੈਂ ਦਰਸ਼ਨ ਕਰਾਵਾਂ, ਪਾਵੇ ਇਹ ਮੰਜਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਇਸ ਮੰਜੇ ਦੇ ਕਰਾਤ ਰਹੇ ਨੇ ਭਾਈ ਲਾਲ ਦੇ ਘਰੇ, ਅਤੇ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਇਸ ਮੰਜੇ, ਇਹਦੇ ਜਿਵੇਂ ਵਾਸ ਦੀਆਂ ਬਾਈਆਂ ਵਾਲੇ ਕਾਲੀ ਦੇ ਪਾਵੇ ਨੇ ਉਸੇ ਤਰ੍ਹਾਂ ਹੀ ਜਿਵੇਂ ਠੀਕ ਹੈ, 500 ਸਾਲ ਪੁਰਾਣਾ ਇਹ ਪਾਵਾ ਰੱਖਿਆ ਜਿੱਥੇ ਦਰਸ਼ਨਾਂ ਵਾਸਤੇ। ਜਿੰਨੀ ਗੁਰਬਾਣੀ ਪੜੀ ਜਾਂਦੀ ਇਹਨੂੰ ਥੋੜਾ ਪਾ ਕੇ ਗਲਾਸ ਚ ਰੱਖ ਲਓ, ਗੁਰਬਾਣੀ ਠੀਕ ਹੁੰਦੀ, ਸਾਰੇ ਡਿੱਗ ਗਿਆ ਦਰਸ਼ਨ ਕਰਾਈਏ। ਇਸ ਤਰੀਕੇ ਪੂਰੇ ਸੰਗਤ ਜੀ ਛੱਟੀ ਲੈਂਦੇ ਆ, ਜਿਹਦੇ ਨਾਲ ਸਾਰਾ ਤੁਹਾਡੇ ਦੁੱਖ ਰੋਗ ਸਭ ਦੂਰ ਹੋ ਜਾਂਦੇ ਆ।
ਬਾਕੀ ਸੰਗਤ ਜੀ ਤੁਸੀਂ ਸਾਰੇ ਦਰਸ਼ਨ ਕਰ ਲਏ, ਤੁਹਾਨੂੰ ਮੈਂ ਆਪਾਂ ਕਰਵਾ ਕੇ ਦਰਸ਼ਨ ਗੁਰਦੁਆਰਾ ਸਾਹਿਬ ਦੇ। ਅਤੇ ਇੱਥੇ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਰੋਗ ਹੈਗਾ ਤਾਂ ਇੱਥੇ ਆਓ, ਉਸ ਤੋਂ ਸਾਰੇ ਤੁਹਾਡੇ ਰੋਗ ਦੁੱਖ ਦਰਦ ਦੂਰ ਹੋ ਜਾਂਦੇ ਆ। ਅਤੇ ਬਾਕੀ ਇੱਕ ਵਾਰ ਦੁਬਾਰਾ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਦੇ। ਅਤੇ ਹੁਣ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਦੱਸ ਦਿੰਦੇ ਹਾਂ, ਇਹ ਹੈਗਾ ਜੀ ਪਿੰਡ ਸ਼ਮਸ਼ੇਰਪੁਰ। ਅਤੇ ਇੱਧਰ ਗੁਰਦੁਆਰਾ ਸਾਹਿਬ ਪਟਿਆਲਾ ਬੱਸ ਸਟੈਂਡ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਆ। ਅਤੇ ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਪਿੰਡ ਦਾ ਨਾਮ ਹੈਗਾ ਸ਼ਮਸ਼ੇਰਪੁਰ, ਅਤੇ ਬਹਾਦਰਗੜ੍ਹ ਕਿਲ੍ਹਾ ਹੈ ਜਿਹੜਾ ਉਹਦੇ ਬਿਲਕੁਲ ਬੈਕ ਸਾਈਡ 'ਤੇ ਆ। ਇੱਧਰ ਬਹਾਦਰਗੜ੍ਹ ਕਿਲ੍ਹਾ ਜਾਂਦੇ ਹੋਏ ਤੁਹਾਨੂੰ ਦਿਖਾਉਂਦੇ ਹਾਂ ਪ੍ਰੋਪਰ ਪੂਰਾ। ਅਤੇ ਬਾਕੀ ਇੱਕ ਵਾਰ ਦੁਬਾਰਾ ਦਰਸ਼ਨ ਕਰ ਲਓ, ਗੁਰਦੁਆਰਾ ਸੱਚੀ ਮੰਜੀ ਸਾਹਿਬ ਗੁਰਦੁਆਰੇ ਦਾ ਨਾਮ ਹੈ। ਅਤੇ ਬਾਕੀ ਹੁਣ ਮੈਂ ਤੁਹਾਨੂੰ ਐਂਡ 'ਤੇ ਲੋਕੇਸ਼ਨ ਦਿਖਾਉਂਦਾ ਅਤੇ ਉੱਥੇ ਜਾ ਕੇ ਵੀਡੀਓ ਨੂੰ ਕਰਦੇ ਹਾਂ। ਸੋ ਜੀ, ਜਿਹੜਾ ਉੱਥੋਂ ਰਾਜਪੁਰੇ ਤੋਂ ਮੇਨ ਰੋਡ ਤੋਂ ਤੁਸੀਂ ਅੰਦਰ ਪਿੰਡ ਦੇ ਵਿੱਚ ਐਂਟਰ ਹੋਣਾ, ਉੱਥੋਂ ਐਂਟਰ ਹੋਊਂਗੇ ਜਦੋਂ ਆ ਤੁਹਾਨੂੰ ਇੱਥੇ ਪਿੰਡ ਦੀ ਐਂਟਰੀ ਆ ਜੂਗੀ ਸ਼ਮਸ਼ੇਰਪੁਰ। ਇੱਥੋਂ ਪਿੰਡ ਸਟਾਰਟ ਹੋ ਜਾਂਦਾ ਸ਼ਮਸ਼ੇਰਪੁਰ, ਇੱਥੋਂ ਸਿੱਧਾ ਰਾਹ ਜਾ ਕੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਿਖਦਾ, ਇਹ ਉਹ ਦੇਖੋ ਕਰੋ ਚੈੱਕ, ਉਹ ਸਾਹਮਣੇ ਹੈ ਗੁਰਦੁਆਰਾ ਸਾਹਿਬ, ਉੱਧਰ ਨੂੰ ਜਾਣਾ। ਅਤੇ ਸ਼ਮਸ਼ੇਰਪੁਰ ਪਿੰਡ ਦਾ ਨਾਮ ਆ, ਯਾਦ ਰੱਖਿਓ। ਅਤੇ ਇੱਥੋਂ ਸਿੱਧਾ ਹੀ ਜਾਣਾ, ਅਤੇ ਇੱਧਰੋਂ ਤੁਸੀਂ ਆਉਣਾ ਬਹਾਦਰਗੜ੍ਹ ਤੋਂ ਆਉਣਾ। ਅਤੇ ਅੱਗੇ ਜਾ ਕੇ ਮੇਨ ਤੁਹਾਨੂੰ ਇੱਕ ਵਾਰ ਫਿਰ ਲੋਕੇਸ਼ਨ ਦਿਖਾਉਣਾ, ਬਾਹਰ ਜਾ ਕੇ ਮੇਨ ਰੋਡ ਤੋਂ ਹਾਈਵੇ ਤੋਂ, ਫਿਰ ਤੁਹਾਨੂੰ ਪ੍ਰੋਪਰ ਸਮਝ ਲੱਗੂਗੀ। ਲਓ ਜੀ, ਹੁਣ ਪ੍ਰੋਪਰ ਤੁਹਾਨੂੰ ਲੈਂਡਮਾਰਕ ਦੱਸਦੇ ਹਾਂ। ਆ ਇੱਧਰੋਂ ਜਿਹੜਾ ਰੋਡ ਆਉਂਦਾ ਹੈ ਚੰਡੀਗੜ੍ਹ ਤੋਂ ਆਉਂਦਾ ਹੈ ਅਤੇ ਰਾਜਪੁਰੇ ਨੂੰ, ਅਤੇ ਜਦੋਂ ਤੁਸੀਂ ਰਾਜਪੁਰੇ ਤੋਂ ਬਹਾਦਰਗੜ੍ਹ ਪਹੁੰਚ ਗਏ, ਉੱਧਰੋਂ ਮੇਨ ਰੋਡ ਆ ਹਾਈਵੇ, ਬਹਾਦਰਗੜ੍ਹ ਤੋਂ ਤੁਸੀਂ ਅੰਦਰ ਆ ਜਾਣਾ। ਅੰਦਰ ਆ ਕੇ ਆ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ, ਸੱਚੀ ਮੰਜੀ ਸਾਹਿਬ। ਅਤੇ ਇੱਥੋਂ ਤੁਸੀਂ ਇੱਧਰ ਨੂੰ ਅੰਦਰ ਲੈਫਟ ਹੋ ਜਾਣਾ, ਲੈਫਟ ਹੋ ਕੇ ਅੱਗੇ ਕਿਸੇ ਨੂੰ ਪੁੱਛ ਲਓ ਸੱਚੀ ਮੰਜੀ ਸਾਹਿਬ ਗੁਰਦੁਆਰਾ ਕਿੱਧਰ ਨੂੰ ਹੈ। ਅਤੇ ਆਹ ਲੈਂਡਮਾਰਕ ਹੈ, ਯਾਦ ਰੱਖਿਓ, ਸੱਚੀ ਮੰਜੀ ਸਾਹਿਬ ਇੱਥੇ ਲਿਖਿਆ ਹੋਇਆ। ਅਤੇ ਆਹ ਸਾਹਮਣੇ ਇੱਕ ਮੰਦਰ ਵੀ ਹੈ, ਆ ਮੰਦਰ ਤੋਂ ਤੁਸੀਂ ਇੱਧਰ ਨੂੰ ਲੈਫਟ ਮੁੜਨਾ, ਅਤੇ ਰਾਈਟ ਹੋ ਕੇ ਸਿਰਫ ਅੱਗੇ ਗੁਰਦੁਆਰਾ ਤੁਹਾਡਾ ਰਾਹ ਸਾਰਾ ਅੱਗੇ ਨੂੰ ਅੰਦਰ ਪਿੰਡ ਦੇ ਵਿੱਚ ਨੂੰ ਆ ਜਾਣਾ। ਆ ਬਹਾਦਰਗੜ੍ਹ ਪਿੰਡ ਆ, ਬਹਾਦਰਗੜ੍ਹ ਤੋਂ ਅੱਗੇ ਤੁਸੀਂ ਸ਼ਮਸ਼ੇਰਪੁਰ ਪਿੰਡ ਨੂੰ ਜਾਣਾ। ਅਤੇ ਬਾਕੀ ਹੁਣ ਚੱਲਦੇ ਹਾਂ, ਹੁਣ ਤੁਹਾਨੂੰ ਸਾਰੀ ਲੋਕੇਸ਼ਨ ਦੱਸਤੀ ਅਤੇ ਇੱਕ ਵਾਰ ਦੁਬਾਰਾ ਤੁਹਾਨੂੰ ਦੱਸ ਦਿੰਦੇ ਹਾਂ, ਜਦੋਂ ਤੁਸੀਂ ਚੰਡੀਗੜ੍ਹ ਜਾਂ ਮੋਹਾਲੀ ਤੋਂ ਆਉਂਦੇ ਹਾਂ, ਸਭ ਤੋਂ ਪਹਿਲਾਂ ਮੇਨ ਪੁਆਇੰਟ ਹੈਗਾ ਜੀ ਪਟਿਆਲਾ। ਪਟਿਆਲੇ ਤੋਂ ਸਾਰਿਆਂ ਨੇ ਆਉਣਾ ਜੀ ਬਹਾਦਰਗੜ੍ਹ, ਬਹਾਦਰਗੜ੍ਹ ਤੋਂ ਹੈਗਾ ਜੀ ਸ਼ਮਸ਼ੇਰਪੁਰ ਪਿੰਡ, ਠੀਕ ਹੈ ਜੀ। ਅਤੇ ਪਿੱਛੇ ਤੁਹਾਨੂੰ ਕਲਿੱਪਾਂ ਦੇ ਵਿੱਚ ਦਿਖਾਇਆ ਹੀ ਹੈ ਬਹਾਦਰਗੜ੍ਹ ਤੋਂ ਸ਼ਮਸ਼ੇਰਪੁਰ ਦੀ ਲੈਂਡਮਾਰਕ ਕਿਹੜੀ ਹੈ, ਜਿੱਥੋਂ ਤੁਸੀਂ ਅੰਦਰ ਰਾਈਟ ਮੁੜਨਾ ਸ਼ਮਸ਼ੇਰਪੁਰ ਪਿੰਡ ਨੂੰ। ਅਤੇ ਇਹ ਗੁਰਦੁਆਰੇ ਦੀ ਇੰਨੀ ਮਾਨਤਾ ਕਿ ਉਰੇ ਕਈ ਲੋਕਾਂ ਦੇ ਕੈਂਸਰ ਤੱਕ ਠੀਕ ਹੋਏ ਆ, ਵੈਂਟੀਲੇਟਰਾਂ 'ਤੇ PGI ਤੋਂ ਲੋਕ ਆਏ ਸੀਗੇ, ਬਾਬਾ ਜੀ ਦੱਸਦੇ ਸੀਗੇ ਕਿ ਉਰੇ ਆ ਕੇ ਕੈਂਸਰ ਵਾਲੇ ਪੇਸ਼ੈਂਟ ਵੀ ਸਭ ਠੀਕ ਹੋ ਗਏ ਆ। ਅਤੇ ਬਾਕੀ ਜੇ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਹੈਗੀ ਹੈ, ਕੈਂਸਰ ਹੋ ਗਿਆ, ਸ਼ੂਗਰ ਹੋ ਗਿਆ, ਕੋਈ ਵੀ ਬਿਮਾਰੀ ਹੈ, ਤੁਹਾਡੀ ਲੱਕ ਦੀ ਬਿਮਾਰੀ ਹੈ ਜਾਂ ਕੋਈ ਕੁੱਤੇ ਵੱਡੇ ਦਾ ਹਲਕੇ ਕੁੱਤਿਆਂ ਦੀ ਬਿਮਾਰੀ, ਕੋਈ ਵੀ ਬਿਮਾਰੀ ਹੈ, ਤੁਸੀਂ ਇੱਥੇ ਆਓ ਸ਼ਰਧਾ ਦੇ ਨਾਲ ਅਤੇ ਛੱਟੀ ਸਾਹਿਬ ਦੇ ਤੁਸੀਂ ਦਰਸ਼ਨ ਕਰੋ। ਅਤੇ ਪਾਠ ਦੱਸਦੇ ਆ ਬਾਬਾ ਜੀ ਕਿ ਪਾਠ ਕਰੋ, ਅਤੇ ਨਾਲ ਦਿੰਦੇ ਆ ਜਲ, ਅਤੇ ਜਿਵੇਂ ਪਿੱਛੇ ਕਲਿੱਪਾਂ 'ਚ ਤੁਹਾਨੂੰ ਦਿਖਾਈ ਆ ਜਲ ਬਾਬਾ ਜੀ ਨੇ ਦਿੱਤਾ ਸੀਗਾ, ਅਤੇ ਉਹ ਤੁਸੀਂ ਪੀਣਾ ਅਤੇ ਨਾਲ ਪਾਠ ਪੂਜਾ ਪੂਰੀ ਕਰਨੀ ਹੈ, ਅਤੇ ਮਹਾਰਾਜ ਦੀ ਕਿਰਪਾ ਹੋਊਗੀ ਅਤੇ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਅਤੇ ਜੇ ਵੀਡੀਓ ਵਧੀਆ ਲੱਗੀ ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅੱਜ ਕੱਲ੍ਹ ਲੋਕਾਂ 'ਚ ਬਹੁਤ ਹੀ ਬਿਮਾਰੀਆਂ ਵੱਧਦੀਆਂ ਪਈਆਂ ਸਭ ਕੁਛ, ਅਤੇ ਪਾਠ ਪੂਜਾ ਤੋਂ ਘੱਟਦੇ ਪਏ ਆ, ਅਤੇ ਇਹਦੇ ਨਾਲ ਪਾਠ ਪੂਜਾ ਨਾਲ ਲੋਕ ਸਭ ਜੁੜੂਗੇ। ਅਤੇ ਜ਼ਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਮੈਂਟ ਜ਼ਰੂਰ ਕਰਿਓ। ਅਤੇ ਸ਼ੇਅਰ ਕਰਨ ਨਾਲ ਕੀ ਪਤਾ ਇੱਕ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਦੀ ਜ਼ਿੰਦਗੀ ਸਵਰ ਜੇ, ਅਤੇ ਉਹ ਤੁਹਾਨੂੰ ਸੀਸਾਂ ਦਊਗਾ ਅਤੇ ਆਪਾਂ ਨੂੰ ਸੀਸਾਂ ਮਿਲੂਗੀਆਂ। ਹੈ ਨਾ, ਇਹੋ ਜਿਹੇ ਕੰਟੈਂਟ ਵਿੱਚ ਆਪਾਂ ਬਣਾਇਆ ਕਰਾਂਗੇ ਜਿੱਥੇ ਆਪਾਂ ਨੂੰ ਵਧੀਆ ਵਧੀਆ ਗੁਰਦੁਆਰਾ ਸਾਹਿਬ ਇਹੋ ਜਿਹੇ ਮਿਲੇ ਇਤਿਹਾਸਿਕ। ਅਤੇ ਐਵੇਂ ਸਪੋਰਟ ਬਣਾਈ ਰੱਖਿਓ ਇਹ ਵਲੋਗਾਂ ਨੂੰ ਵੀ,
ਤੇ ਹੁਣ ਮਿਲਦੇ ਹਾਂ ਅਗਲੀ ਨੈਕਸਟ ਵੀਡੀਓ ਜਾਂ ਵਲੌਗ ਦੇ ਵਿੱਚ। ਟਿਲ ਦੈਨ ਬਾਏ, ਰੱਬ ਰੱਖਾ।